मोदी नूं तां इही फिर चुनौती है वी दिल्ली तख्त पर बहेगी आप गुरु की फौज, छतर फरावे सीस पर बड़ी करेंगे मौज। सत श्री अकाल, मैं तुहाडे नाल सुरभी शर्मा। लगातार जिहड़ी है सांझा मुद्दा दी टीम बनी हुई है दिल्ली हाईवे ते, साडी हर तरह की कोशिश है कि हर तरह की अपडेट थोड़े तक पहुँचाइए। तो इस वेले भी मेरे नाल मौजूद ने अपने बाणे च सजे हुए सिख, गलबात करांगे, की कहना चाहोगे? सब तो पहले तो स्वागत है सांझा मुद्दा ते। वाहेगुरू जी का खालसा, वाहेगुरू जी की फतेह। जी की कहना चाहोगे, जिहड़े तीन काले कानून मोदी सरकार वल्लों पास किए गए ने, थोड़ा की विचार है? साडा विचार तां जी सारे जानदे ही आ, काले कानून आ जिहड़े अपना अजकल सब कुछ अपना भी मीडिया के सामने आई जांदा आ। जिवें आपां देखदे वड्डे वड्डे मोलां दे विच, जिवें इन्हां दे रिलायंस दे जां उहदे विच अपना उह पिछे अपना भी गोभी भी दिखा रहे सी, है ना जी, 300 रुपए की अद्धा किलो ते 600 रुपए की किलो। यही काम बाद च हो जाने आ जी। लगातार मीटिंगां हो रही ने, कोई मीटिंगां का नतीजा नहीं आ रहा, बेसिट्टा नतीजा आ रहा है मीटिंगां का। अगों भी 15 तरीक आई है, की कहना चाहोगे की बनेगा 15 तरीक नूं? चाहे ना कुछ फिर भी बने जी, आपां नूं कोई परवाह नहीं हैगी। फौज जिहड़ी आ जां किसान वीर अपने भाई सारे बैठे ने, इन्हां कोले तां अपना भी कहिंदे 4-4, 5-5 सालां दा राशन पिया आ। पर जेकर 15 तरीक नूं भी कोई नतीजा ना निकलिया तो की कहना चाहोगे कि की चुनौती है मोदी सरकार नूं? मोदी नूं तां इही फिर चुनौती है कि उही काम ना हो जाए जो गुरु नानक साहब ने अपना भी करनी नामा बाणी दे विच दर्ज किए हुए आ बचन, भी दिल्ली तख्त पर बहेगी आप गुरु की फौज, छतर फरावे सीस पर बड़ी करेंगे मौज। भी दिल्ली तख्त ते एक दिन गुरु की फौज ने बैठना, भी नीला बाणा पहर के अबर ना दिस सी कोई, फिर नीले बाणे दे विच ही नज़र होणगे, फिर मोदी आ देखेगा इधर उधर तू। ਜਿਹੜੇ ਕੁਝ ਕੁ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਕਹਿ ਰਹੇ ਕਿ ਕਿਸਾਨ ਤੇ ਬਹੁਤ ਮਹਿੰਗੀਆਂ ਮਹਿੰਗੀਆਂ ਜੀਨਾਂ ਪਾਉਂਦੇ ਨੇ, ਮਹਿੰਗੇ ਮਹਿੰਗੇ ਇਹਨਾਂ ਕੋਲ ਲੱਖਾਂ ਦੇ ਮੋਬਾਈਲ ਨੇ, ਕੀ ਕਹਿਣਾ ਚਾਹੋਗੇ ਇਹ ਤੇ? ਹਾਸੋਹੀਣੀਆਂ ਗੱਲਾਂ ਹੀ ਕਰਦੇ ਆ ਜੀ ਇਹ। ਆਪ ਤਾਂ ਮੋਦੀ 10-10 ਲੱਖ ਦੇ ਸੂਟ ਪਾਉਂਦਾ, ਉਹ ਵੀ ਸਰਕਾਰੀ ਪੈਸੇ ਆਪਣੇ ਪੈਸਿਆਂ ਦੇ, ਆਪਣੇ ਤੋਂ ਜਿਹੜਾ ਟੈਕਸ ਲੈਂਦੇ ਆ। ਕਿਸਾਨ ਤਾਂ ਆਪਣੀ ਮਿਹਨਤ ਕਰਕੇ ਲਿਆਉਂਦੇ ਆ ਸਾਰਾ ਕੁਛ, ਜੋ ਮਰਜ਼ੀ ਆਪਣੀ ਮਿਹਨਤ ਨਾਲ ਜੋ ਮਰਜ਼ੀ ਪਾਉਣ, ਇਹਨੇ ਕੀ ਲੈਣਾ ਦੇਣਾ ਉਹਨਾਂ ਤੋਂ? ਜਿਹੜੇ 70 ਕਿਸਾਨ ਮਰੇ ਨੇ ਮੋਦੀ ਜੀ ਵੱਲੋਂ, ਉਹਨਾਂ ਦੇ ਕੋਈ ਰੋਸ ਨਹੀਂ ਕੀਤਾ ਗਿਆ? ਅੱਜ ਜਿਹੜੇ ਅਮਰੀਕਾ 'ਚ ਪਾਰਲੀਮੈਂਟ 'ਚ ਜਿਹੜੇ 4 ਬੰਦੇ ਮਰੇ ਨੇ ਮੋਦੀ ਸਰਕਾਰ ਵੱਲੋਂ, ਉਸ 'ਤੇ ਰੋਸ ਕੀਤਾ ਗਿਆ, ਕੀ ਕਹਿਣਾ ਚਾਹੋਗੇ? ਆਪਣੇ ਦੇਸ਼ ਦੇ ਨਾਗਰਿਕ ਨਹੀਂ ਸਮਝਦਾ ਜੀ ਇਹ। ਸੰਸਦ ਦੇ ਜਿਹੜੇ 4 ਬੰਦੇ ਮਰ ਗਏ ਆ, ਉਹ ਵੀ ਸਰਕਾਰ ਕਰਕੇ ਹੀ ਆਪਸੀ ਵਿੱਚ ਉਹ ਆਪਣਾ ਵਿਰੋਧ, ਟਰੰਪ ਦਾ ਵੀ ਕਿੰਨਾ ਵਿਰੋਧ ਹੋਇਆ ਪਿੱਛੇ, ਵੀ ਕਹਿੰਦਾ ਮੈਂ ਤਾਂ ਰਾਜ ਹੀ ਨਹੀਂ ਛੱਡਣਾ। ਉਹੀ ਕੰਮ ਮੋਦੀ ਦਾ ਆ, ਪਿੱਛੇ ਇਹਨੇ ਬੜਾ ਉਹਦੇ ਬਾਰੇ ਵੀ ਆਪਣਾ ਗੱਲਾਂ ਕੀਤੀਆਂ ਨੇ, ਟਰੰਪ ਬਾਰੇ ਵੀ। ਹਾਂ, ਤੇ 15 ਤਰੀਕ ਦੇ ਜੇਕਰ ਨਹੀਂ ਮੰਨਦੀ ਸਰਕਾਰ ਤੇ ਤੁਸੀਂ ਕੀ ਕਹਿਣਾ ਚਾਹੋਗੇ, ਕੀ ਰਿਜ਼ਲਟ ਨਿਕਲੇਗਾ? ਜਿਹੜਾ 15 ਤਰੀਕ ਨੂੰ ਜੇ ਮੋਦੀ ਸਾਹਿਬ ਨਹੀਂ ਮੰਨਦੇ ਤੇ ਫਿਰ ਸਾਡੀਆਂ ਜੋ ਜਥੇਬੰਦੀਆਂ ਕਹਿਣਗੀਆਂ, ਅਗਲੀ ਰਾਜਨੀਤੀ ਜਿਹੜੀ ਜੋ ਜਥੇਬੰਦੀਆਂ ਉੱਥੋਂ ਦੀਆਂ 31 ਜਥੇਬੰਦੀਆਂ ਸਾਡੀਆਂ ਕਹਿਣਗੀਆਂ, ਅਸੀਂ ਉਹ ਕਰਨ ਨੂੰ ਤਿਆਰ ਹਾਂ। 26 ਵੀ ਆ ਰਹੀ ਹੈ, 26 ਦੀ ਵੀ ਪੂਰੀ ਤਿਆਰੀ ਹੈ, ਕੀ ਪਲੈਨਿੰਗਸ ਨੇ 26 ਦੀ? ਦੇਖੋ ਜੀ, ਜੇ 26 ਤਰੀਕ ਨੂੰ, 26 ਜਨਵਰੀ ਨੂੰ ਜੋ ਵੀ ਕਿਸਾਨਾਂ ਨੇ ਇੰਨੇ ਇੰਨਾ ਕੁ ਵੱਡਾ ਉੱਥੇ ਟਰੈਕਟਰ ਹੋ ਜਾਣੇ ਕਿ ਪੰਜਾਬ ਦੇ ਪੂਰਾ ਪੰਜਾਬ ਤਿਆਰ ਬੈਠਾ ਟਰੈਕਟਰ ਉੱਥੇ ਲਿਜਾਣ ਨੂੰ। ਤੇ ਜੇਕਰ ਲੜਾਈ ਲੱਗੀ ਜਾਂ ਟਾਕਰਾ ਹੋਇਆ ਜਾਂ ਗੋਲੀ ਚੱਲੇਗੀ ਤੇ ਕੀ ਕਹਿਣਾ ਚਾਹੋਗੇ ਇਸ ਤੇ? ਕਿਸਾਨ ਤਾਂ ਬਿਲਕੁਲ ਟਾਕਰੇ ਨੂੰ ਤਿਆਰ ਹੀ ਨਹੀਂਗੇ। ਕਿਸਾਨ ਤਾਂ ਸਿਰਫ 3 ਕਾਨੂੰਨ ਆਪਦੇ ਵਾਪਸ ਕਰਾਉਣ ਵਾਸਤੇ ਚੱਲੇ ਆ, ਕਾਲੇ ਕਾਨੂੰਨ 3 ਵਾਪਸ ਕਰਾਉਣੇ ਆ, ਤੇ ਹੋਰ ਤਾਂ ਕੋਈ ਮਸਲਾ ਹੀ ਨਹੀਂਗਾ। ਤੇ ਕਿਸਾਨਾਂ ਨੇ ਬਿਲਕੁਲ ਟਾਕਰਾ ਨਹੀਂ ਕਰਨਾ। ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਜਿਹੜੀ ਅਪਡੇਟਸ, ਨਵੀਆਂ ਅਪਡੇਟਸ, ਨਵੀਆਂ ਐਕਟੀਵਿਟੀਜ਼ ਅਸੀਂ ਤੁਹਾਡੇ ਤੱਕ ਅੱਗੇ ਲੈ ਕੇ ਆਉਂਦੇ ਰਹਾਂਗੇ, ਤੇ ਅੱਗੇ ਵੀ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅੱਗੇ ਫਿਰ ਮੈਂ ਕਿਸੇ ਨਵੀਂ ਕਵਰੇਜ ਜਾਂ ਨਵੀਂ ਚਰਚਾ ਤੇ ਤੁਹਾਡੇ ਨਾਲ ਰੂਬਰੂ ਹੋਵਾਂਗੀ। ਤਦ ਤੱਕ ਦੇ ਲਈ ਧੰਨਵਾਦ। ਮੈਂ ਤੁਹਾਡਾ ਆਪਣਾ ਬੂਟਾ ਮੁਹੰਮਦ। ਦੋਸਤੋ, ਜੇ ਤੁਸੀਂ ਸੱਚ ਦੀ ਆਵਾਜ਼ ਨੂੰ ਸੁਣਨਾ ਤੇ ਹਮੇਸ਼ਾ ਯਾਦ ਰੱਖੋ, ਹੱਕ ਸੱਚ ਦਾ ਸਾਂਝਾ ਮੁਹਾਜ, ਸਾਂਝਾ ਮੁੱਦਾ। ਇਹ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਔਰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰਿੰਗ ਕਰਨਾ, ਕਿਉਂਕਿ ਇਹ ਵਾਕਿਆ ਹੱਕ ਸੱਚ ਦੀ ਆਵਾਜ਼ ਹੈ।